ਡਾਕਟਰ ਵਰਿਆਮ ਸਿੰਘ ਸੰਧੂ ਦੀ ਪੁਸਤਕ ਸ਼ਹੀਦ ਭਾਈ ਮੇਵਾ ਸਿੰਘ ਲੁੱਪੋਕੇ ਦਾ ਲੇਖ ਹੌਪਕਿੰਸਨ ਦਾ ਰੋਲ ਤੇ ਕਾਮਾਗਾਟਾ ਮਾਰੂ ਜਹਾਜ਼ ਦੀ ਵਾਪਸੀ ਦਾ ਅਗਲਾ ਹਿੱਸਾ ਦੂਜੇ ਪਾਸੇ ਇਮੀਗ੍ਰੇਸ਼ਨ ਵਿਭਾਗ ਤੇ ਸਮੁੱਚੀ ਸਰਕਾਰੀ ਧਿਰ ਕਿਸੇ ਵੀ ਸੂਰਤ ਵਿੱਚ ਕਿਸੇ ਵੀ ਮੁਸਾਫਰ ਨੂੰ ਜਹਾਜ਼ ਤੋਂ ਸਾਹਲ ਤੇ ਨਾ ਉਤਾਰਨ ਲਈ ਬਜ਼ਿੱਦ ਸੀ ਮਸਾਫਰਾਂ ਨੂੰ ਜਹਾਜ਼ 'ਚ ਰੋਕ ਰੱਖਣ ਬਾਰੇ ਕਿਹਾ ਗਿਆ ਕਿ ਜਹਾਜ਼ ਦੇ ਮਸਾਫਰ ਆਪਣੇ ਦੇਸ਼ ਤੋਂ ਕੈਨੇਡਾ ਪਹੁੰਚਣ ਲਈ ਲੱਗੀ ਨਿਰੰਤਰ ਸਫ਼ਰ ਦੀ ਸ਼ਰਤ ਪੂਰੀ ਨਹੀਂ ਕਰਦੇ ਕਿਉਂਕਿ ਜਹਾਜ਼ ਭਾਰਤ ਤੋਂ ਰਵਾਨਾ ਹੋਣ ਦੀ ਥਾਂ ਹਾਂਗਕਾਂਗ ਤੋਂ ਰਵਾਨਾ ਹੋਇਆ ਸੀ ਜਦਕਿ ਗੁਰਤੇਜ ਸਿੰਘ ਤੇ ਦੂਜੇ ਹਿੰਦਿਆਂ ਦਾ ਤਰਕ ਸੀ ਕਿ ਉਹ ਕਿਸੇ ਦੂਜੇ ਦੇਸ਼ ਤੋਂ ਆਏ ਹੀ ਨਹੀਂ ਉਹਨਾਂ ਲਈ ਤਾਂ ਉਹ ਸਾਰੇ ਮੁਲਕ ਉਹਨਾਂ ਦੇ ਆਪਣੇ ਹਨ ਜਿਨ੍ਹਾਂ 'ਚ ਉਹਨਾਂ ਦੇ ਅੰਗਰੇਜ਼ ਬਾਦਸ਼ਾਹੀ ਹਕੂਮਤ ਭਾਰਤੀ ਅੰਗਰੇਜ਼ ਸਾਮਰਾਜ ਦੀ ਬਸਤੀ ਹੈ ਹਾਂਗਕਾਂਗ ਵੀ ਤੇ ਕੈਨੇਡਾ ਵੀ ਜਿਸ ਤਰ੍ਹਾਂ ਕੈਨੇਡਾ ਵਾਸੀ ਅੰਗਰੇਜ਼ ਸਲਤਨਤ ਦੀ ਪਰਜਾ ਹਨ ਉਸ ਰੇਈ ਭਾਰਤ ਵਾਸੀ ਵੀ ਅੰਗਰੇਜ਼ ਸਾਮਰਾਜ ਦੀ ਉਹੋ ਜੀ ਬਰਾਬਰ ਹੱਕਾਂ ਵਾਲੀ ਪਰਜਾ ਹਨ ਉਹਨਾਂ ਨੂੰ ਆਪਣੇ ਬਾਦਸ਼ਾਹ ਸਲਾਮਤ ਵਾਲੇ ਹਰੇਕ ਦੇਸ਼ 'ਚ ਜਾਣ ਦਾ ਸੰਵਿਧਾਨਕ ਤੇ ਕਾਨੂੰਨੀ ਹੱਕ ਹੈ ਉਹਨਾਂ ਦੇ ਇਸ ਤਰਕ 'ਚ ਵਜ਼ਨ ਵੀ ਸੀ ਕਿਉਂਕਿ 1857 ਦੇ ਗਦਰ ਤੋਂ ਬਾਅਦ ਮਲਕਾ ਵਿਕਟੋਰੀਆ ਨੇ ਸ਼ਾਹੀ ਐਲਾਨ ਚ ਗਿਆ ਸੀ ਕਿ ਬਰਤਾਨੀਆਂ ਦੀ ਹਕੂਮਤ ਬਰਤਾਨਵੀ ਸਲਤਨਤ ਦੇ ਸਾਰੇ ਵਸਨੀਕਾਂ ਨੂੰ ਇੱਕ ਨਜ਼ਰ ਨਾਲ ਵੇਖੇਗੀ ਤੇ ਇਹਨਾਂ ਵਸਨੀਕਾਂ 'ਚ ਭਾਰਤਵਾਸੀ ਵੀ ਸ਼ਾਮਲ ਗਿਣੇ ਜਾਣਗੇ। ਇਹੋ ਕਾਰਨ ਸੀ ਕਿ ਭਾਰਤਵਾਸੀ ਸਮਝਦੇ ਸੀ ਕਿ ਉਹਨਾਂ ਨੂੰ ਕੈਨੇਡਾ 'ਚ ਆਉਣ, ਰਹਿਣ ਤੇ ਇੱਥੇ ਰਹਿ ਕੇ ਕੰਮ ਕਰਨ ਦਾ ਹੱਕ ਹੈ ਪਰ ਉਹ ਗੋਰੀ ਹਾਕਮਾਂ ਦੇ ਕਹਿਣ ਤੇ ਕਰਨ ਵਿੱਚ ਲਈ ਕਾਣ ਦਾ ਭੇਤ ਨਹੀਂ ਸੰਸਮਝਦੇ। ਰਾਣੀ ਵੱਲੋਂ ਕੀਤੇ ਵਾਅਦਿਆਂ ਤੇ ਬਰਤਾਨਵੀ ਇਨਸਾਫ ਵਿੱਚ ਲਈ ਇਸ ਕਾਣ ਬਾਰੇ ਸ਼੍ਰੀਮਤੀ ਐਨਰੋਜ਼ ਨੇ ਟੋਰਾਂਟੋ ਦੇ ਅਖਬਾਰ 'ਚ ਇਸ ਮਸਲੇ ਤੇ ਆਪਣੀ ਨਿਰਪੱਖ رائے ਦਿੰਦਿਆਂ ਲਿਖਿਆ ਪਰੇ ਆਦਮੀ ਜਿਨ੍ਹਾਂ ਕੈਨੇਡੀਅਨ ਕਾਇਦੇ ਦੀ ਪਾਲਣਾ ਕੀਤੀ ਸੀ ਜਿਹੜੇ ਤਕਰੀਬਨ 57000 ਡਾਲਰ ਖਰਚ ਕੇ ਲਗਾਤਾਰ ਸਫਰ ਰਹੀ ਪੁੱਜੇ ਸਨ ਜਿਹੜੇ ਹੁਣ ਨਿਮਰਤਾ ਨਾਲ ਬਰਤਾਨਵੀ ਸ਼ਹਿਰੀ ਦੀ ਹیثیت 'ਚ ਦਾਖਲਾ ਮੰਗਦੇ ਸਨ ਤੇ ਇਹਦੀ ਆਸ ਰੱਖਦੇ ਸਨ ਦਾਖਲੇ ਦੀ ਇਜਾਜ਼ਤ ਦੀ بجائے ਜ਼ਲਾਲਤ ਦਰ ਜ਼ਲਾਲਤ ਦਾ ਸ਼ਿਕਾਰ ਹੋਏ ਇਹਨਾਂ ਮਜ਼ਬੂਤ ਸਵੈ ਮਾਣ ਵਾਲੇ ਤੇ ਆਜ਼ਾਦ ਆਦਮੀਆਂ ਨਾਲ ਜਿਸ ਹੱਦ ਤੱਕ ਸਰਕਾਰ ਨੇ ਨਿਰਾਦਰੀ ਵਾਲਾ ਵਰਤਾਓ ਕੀਤਾ ਹੈ ਉਹਦਾ ਤਕਰੀਬਨ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ ਕੰਡੇ ਉੱਤੇ ਸਿੱਖਾਂ ਨਾਲ ਉਹਨਾਂ ਨੂੰ ਮੇਲ ਮਿਲਾਪ ਜਾਂ ਗੱਲਬਾਤ ਨਾ ਕਰਨ ਦਿੱਤੀ ਗਈ ਉਹਨਾਂ ਨੂੰ ਆਪਣੇ ਵਕੀਲ ਨਾਲ ਵੀ ਮੁਲਾਕਾਤ ਨਾ ਕਰਨ ਦਿੱਤੀ ਗਈ ਜਦੋਂ ਦਾਖਲੇ ਸੰਬੰਧੀ ਉਹਨਾਂ ਦਾ ਮੁਕੱਦਮਾ ਅਦਾਲਤ ਵਿੱਚ ਸੀ ਉਹਨਾਂ ਦੇ ਵਕੀਲ ਮਿਸਟਰ ਬਰਡ ਨੇ ਨੂੰ ਉਹਨਾਂ ਵਿੱਚੋਂ ਕਿਸੇ ਨਾਲ ਵੀ ਜ਼ਾਤੀ ਮੁਲਾਕਾਤ ਕਰਨ ਦੀ ਆਗਿਆ ਨਾ ਦਿੱਤੀ ਗਈ ਜਿਸ ਕਰਕੇ ਉਹਨਾਂ ਦਾ ਮੁਕੱਦਮਾ ਹਨੇਰੇ ਵਿੱਚ ਲੜਦਾ ਰਿਹਾ ਇਨ੍ਹਾਂ ਹਾਲਾਤ ਵਿੱਚ ਜਦ ਮੁਕੱਦਮੇ ਦਾ ਫੈਸਲਾ ਉਹਨਾਂ ਦੇ ਬਰਖਿਲਾਫ ਹੋ ਗਿਆ ਮਿਸਟਰ ਬਰਡ ਨੂੰ ਉਹਨਾਂ ਨੂੰ ਜਹਾਜ਼ ਉੱਤੇ ਮਿਲਣ ਦਿੱਤਾ ਗਿਆ ਤੇ ਉਹਨੂੰ ਪਤਾ ਲੱਗਾ ਕਿ ਉਹ ਮੁਕੱਦਮੇ ਦੇ ਕਈ ਜ਼ਰੂਰੀ ਪੱਖ ਸਮਝਾਈ ਨਹੀਂ ਸਕਿਆ ਤੇ ਨਾ ਉਹ ਪੇਸ਼ ਕੀਤੇ ਗਏ ਜੇ ਇਹ ਕੈਨੇਡੀਅਨ ਇਨਸਾਫ ਹੈ ਤਾਂ ਬਰਤਾਨਵੀ ਇਨਸਾਫ ਨਹੀਂ ਮੈਲਕਮ ਰੀਡ ਤੇ ਹੌਪਕਿੰਸਨ ਤਾਂ ਚਾਹੁੰਦੇ ਸੀ ਕਿ ਕਿਸੇ ਨਾ ਕਿਸੇ ਤਰੀਕੇ ਜਹਾਜ਼ ਹਾਂਗਕਾਂਗ ਨੂੰ ਵਾਪਸ ਪਰਤਾ ਦਿੱਤਾ ਜਾਏ ਇਸ ਲਈ ਉਹਨਾਂ ਵੱਲੋਂ ਜਹਾਜ਼ ਦੇ ਏਜੰਟਾਂ ਉਤੇ ਦਬਾਅ ਪਾਇਆ ਜਾ ਰਿਹਾ ਸੀ ਕਿ ਇਮੀਗ੍ਰੇਸ਼ਨ ਦੇ ਨਿਯਮਾਂ ਦੇ ਖਿਲਾਫ ਮਰਜ਼ੀ ਕਰਕੇ ਆਉਣ ਵਾਲੇ ਇਸ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਲੈ ਜਾਇਆ ਜਾਏ ਉਹਨਾਂ ਨੂੰ ਇਹ ਵੀ ਪਤਾ ਸੀ ਕਿ ਜੇ ਜਹਾਜ਼ ਦੀ 15000 ਡਾਲਰ ਦੀ ਬਕਾਇਆ ਕਿਸ਼ਤ ਨਿਸ਼ਚਿਤ ਮਿਆਦ ਤੱਕ ਨਾ ਤਾਰੀ ਜਾ ਸਕੇ ਤਾਂ ਹੋ ਸਕਦਾ ਹੈ ਕਿ ਮਾਲਕ ਜਹਾਜ਼ ਨੂੰ ਵਾਪਸ ਮੋੜ ਲਿਆਉਣ ਦਾ ਹੁਕਮ ਦੇ ਦੇਵੇ ਪਰਮਿਟ ਦੀ ਮਿਆਦ ਖਤਮ ਹੋ ਜਾਣ ਉਪਰੰਤ ਮੁਸਾਫਰਾਂ ਨੇ ਨਿਰੋਲ ਕੈਨੇਡੀਅਨ ਸਰਕਾਰ ਦੇ ਰਹਿਮ ਤੇ ਹੋ ਜਾਣਾ ਸੀ ਇਹ ਮਿਆਦ 11 ਜੂਨ ਨੂੰ ਖਤਮ ਹੋਣ ਵਾਲੀ ਸੀ ਉਹਨਾਂ ਦੋਵਾਂ ਦੀ ਬਦਨੀਤ ਨੂੰ ਫੜ ਲੱਗਾ ਜਦੋਂ ਜਹਾਜ਼ ਦੇ ਮਾਲਕ ਨੇ ਆਪਣੇ ਏਜੰਟ ਨੂੰ ਤਾਰ ਦੇ ਕੇ ਸੂਚਿਤ ਕਰ ਦਿੱਤਾ ਕਿ ਜਹਾਜ਼ ਨੂੰ ਚਾਰਟਰ ਕਰਨ ਤੇ ਕੋਲੇ ਦੇ ਭਾੜੇ ਵੱਜੋਂ 8000 ਯੇਨ ਅਦਾ ਕੀਤੇ ਜਾਣ 11 ਜੂਨ ਤੱਕ ਇਹਦਾਈਗੀ ਨਾ ਹੋਣ ਦੀ ਸੂਰਤ ਵਿੱਚ ਸਿੱਧਾ ਹਾਂਗਕਾਂਗ ਮੁੜਿਆ ਜਾਵੇ ਕੈਨੇਡਾ ਵਸਦੇ ਹਿੰਦੀ ਭਰਾਵਾਂ ਨੇ ਖੁੱਲੇ ਦਿਲ ਨਾਲ ਮੁਸਾਫਰਾਂ ਦੀ ਮਦਦ ਕਰਨ ਲਈ ਮਾਇਆ ਦਿੱਤੀ ਜਿਸ ਸਦਕਾ ਹਸਨ ਰਹੀਮ ਨੇ 10 ਜੂਨ ਨੂੰ 11000 ਡਾਲਰ ਦਾ ਚੈੱਕ ਦੇ ਕੇ ਜਹਾਜ਼ ਦੀ ਕਿਸ਼ਤ ਤਾਰ ਦਿੱਤੀ ਤੇ 20 ਜੂਨ ਨੂੰ 18000 ਡਾਲਰ ਹੋਰ ਇਕੱਠਾ ਕਰਕੇ ਜਹਾਜ਼ ਦਾ ਪਟਾ ਗੁਰਦਿੱਤ ਸਿੰਘ ਦੇ ਨਾਂ ਤੋਂ ਬਦਲ ਕੇ ਭਾਗ ਸਿੰਘ ਤੇ ਹਸਨ ਰਹੀਮ ਦੇ ਨਾਂ ਕਰਵਾ ਲਿਆ ਗਿਆ ਉਸੇ ਵੇਲੇ ਕੈਨੇਡੀਅਨ ਸੋਸ਼ਲਿਸਟ ਪਾਰਟੀ ਨੇ ਜਸਟ ਖਾਲਸਾ ਦਿਵਾਨ ਸੁਸਾਇਟੀ ਦੇ ਆਗੂ ਵੀ ਸ਼ਾਮਲ ਸਨ ਜੂਨ ਦੇ ਮਹੀਨੇ ਕਾਮਾਂਗਟਾ ਮਾਰੂ ਦੇ ਮੁਸਾਫਰਾ ਨਾਲ ਇਨਸਾਫ ਕੀਤੇ ਜਾਣ ਦੀ ਮੰਗ ਕਰਦਾ ਮਤਾ ਪਾਸ ਕੀਤਾ ਤੇ 21 ਜੂਨ 1914 ਨੂੰ ਖਾਲਸਾ ਦਿਵਾਨ ਸੁਸਾਇਟੀ ਵੱਲੋਂ ਵੈਨਕੂਵਰ 'ਚ ਇੱਕ ਵੱਡਾ ਇਕੱਠ ਬੁਲਾਇਆ ਗਿਆ ਜਿਸ 'ਚ 800 ਹਿੰਦੁਸਤਾਨੀ ਤੇ 200 ਗੋਰੇ ਵੀ ਸ਼ਾਮਲ ਹੋਏ ਇਸ ਇਕੱਠ ਨੂੰ ਮੁਸਾਫਰਾ ਦੇ ਵਕੀਲ ਐਡਵਰਡ ਬਰਡ ਨੇ ਸੰਬੋਧਨ ਕੀਤਾ ਇਸ ਤਰ੍ਹਾਂ ਮਾਹੌਲ ਬਹੁਤ ਉਤੇਜਨਾ ਭਰਪੂਰ ਹੋ ਗਿਆ ਜਹਾਜ਼ ਦੇ ਮੁਸਾਫਰਾਂ ਨੂੰ ਉਤਰਨ ਦੀ ਆਗਿਆ ਦੇਣ ਸੰਬੰਧੀ ਚੱਲ ਰਹੇ ਮੁਕਦਮੇ 'ਚ ਇਨਸਾਫ ਦੇਣ ਦਾ ਕੈਨੇਡੀਅਨ ਸਰਕਾਰ ਦਾ ਕੋਈ ਇਰਾਦਾ ਹੀ ਨਹੀਂ ਸੀ ਸੋ ਮੁਕਦਮਾ ਖਿਲਾਫ ਹੋ ਹੀ ਜਾਣਾ ਸੀ ਮੁਸਾਫਰ 17 ਜੁਲਾਈ ਨੂੰ ਮੁਕਦਮਾ ਹਾਰ ਗਏ ਤੇ ਜਹਾਜ਼ ਨੂੰ ਵਾਪਸੀ ਦੇ ਹੁਕਮ ਹੋ ਗਏ ਮੁਸਾਫਰਾਂ ਨੂੰ ਕਿਹਾ ਗਿਆ ਕਿ ਉਹ ਜਹਾਜ਼ ਕੈਨੇਡਾ ਦੇ ਪਾਣੀਆਂ ਤੋਂ ਬਾਹਰ ਲੈ ਜਾਣ ਉਹ ਵਾਪਸ ਜਾਣ ਲਈ ਮੰਨ ਗਏ ਪਰ ਉਹਨਾਂ ਨੇ ਮੰਗ ਰੱਖਤੀ ਕਿ ਉਹਨਾਂ ਨੂੰ ਵਾਪਸੀ ਸਫ਼ਰ ਵਾਸਤੇ ਰਾਸ਼ਨ ਪਾਣੀ ਮੁਹੱਈਆ ਕਰਵਾਇਆ ਜਾਵੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਰਾਸ਼ਨ ਦੇਣੋਂ ਸਾਫ਼ ਨਾ ਕਰ ਦਿੱਤੀ ਕਪਤਾਨ ਨੂੰ ਤੁਰੰਤ ਜਹਾਜ਼ ਰਵਾਨਾ ਕਰਨ ਦਾ ਹੁਕਮ ਸੁਣਾ ਦਿੱਤਾ ਜਹਾਜ਼ ਦੇ ਮੁਸਾਫਰਾਂ ਨੂੰ ਲੱਗਣ ਲੱਗਾ ਕਿ ਉਹਨਾਂ ਨੂੰ ਬੇਵਜ੍ਹਾ 6 ਹਫ਼ਤੇ ਪਾਣੀ 'ਚ ਰੋਕ ਕੇ ਖੱਜਲ ਤੇ ਜਲੀਲ ਕੀਤਾ ਗਿਆ ਉਹਨਾਂ ਨੇ ਜਹਾਜ਼ ਦੇ ਕਪਤਾਨ ਦਾ ਹੁਕਮ ਮੰਨਣ ਤੋਂ ਇਨਕਾਰ ਕਰ ਦਿੱਤਾ ਕੈਨੇਡੀਅਨ ਭਰਾਵਾਂ ਦੀ ਮਦਦ ਦੇ ਸਹਾਰੇ ਮੁਸਾਫਰ ਵੀ ਹੁਣ ਹਰ ਸਥਿਤੀ ਦਾ ਮੁਕਾਬਲਾ ਕਰਨ ਲਈ ਤਿਆਰ ਸਨ। ਮੁਸਾਫਰਾਂ ਨੇ ਜਹਾਜ਼ ਦੇ ਕਪਤਾਨ ਤੇ ਹੋਰ ਅਫਸਰਾਂ ਨੂੰ ਜਹਾਜ਼ ਦੇ ਕਮਰੇ 'ਚ ਬੰਦ ਕਰ ਦਿੱਤਾ। ਜਹਾਜ਼ ਦੇ ਮੁਸਾਫਰਾਂ ਨੂੰ ਬੇਦਿਲ ਕਰਨ ਲਈ 135 ਬੰਦਿਆਂ ਦੀ ਵੱਡੀ ਪੁਲਸੀ ਥਾੜਨੇ ਅੱਗ ਬੁਝਾਉਣ ਵਾਲੇ ਇੰਜਨਾਰਾਂ ਹੀ ਜਹਾਜ਼ ਦੇ ਮੁਸਾਫਰਾਂ ਉੱਤੇ ਪਾਣੀ ਸੁੱਟਿਆ। ਇਹ ਤੋਂ ਮੁਸਾਫਰਾਂ ਦਾ ਕੈਨੇਡੀਅਨ ਪੁਲਿਸ ਨਾਲ ਟਕਰਾਅ ਹੋ ਗਿਆ। ਇਟਾਂ ਕੋਲੇ ਤੇ ਲੋਹੇ ਦੀਆਂ ਸੇਖਾਂ ਨਾਲ ਮੁਸਾਫਰਾਂ ਨੇ ਮੁਕਾਬਲਾ ਕੀਤਾ ਤੇ ਪੁਲਿਸ ਨੂੰ ਜਹਾਜ਼ ਦੇ ਨੇੜੇ ਨਾ ਲੱਗਣ ਦਿੱਤਾ ਮੁਸਾਫਰਾਂ ਤੇ ਪੁਲਿਸ ਦੇ ਝਗੜੇ ਕਾਰਨ ਕੈਨੇਡੀਅਨ ਹਿੰਦੀ ਹੋਰ ਵੀ ਸ਼ਿੱਦਤ ਨਾਲ ਇਕੱਠੇ ਹੋ ਕੇ ਮੁਸਾਫਰਾਂ ਦੀ ਮਦਦ ਕਰਨ ਲਈ ਸਰਗਰਮ ਹੋ ਗਏ ਜਹਾਜ਼ ਨੂੰ ਕੈਨੇਡਾ ਦੇ ਪਾਣੀਆਂ 'ਚੋਂ ਬਾਹਰ ਲਜਾਣ ਦਾ ਹੁਕਮ ਨਾ ਮੰਨੇ ਜਾਣਤੇ ਸੀ ਲਾਇਨ ਨਾਮੀ ਜਹਾਜ਼ ਨਾਲ ਬੰਨ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਮੁਸਾਫਰਾਂ ਵੱਲੋਂ ਰੋਕ ਪਾਈ ਗਈ ਉਧਰ ਆਪਣੇ ਯਤਨ ਚ ਸਫਲ ਰਹਿਣ ਤੋਂ ਬਾਅਦ ਕੈਨੇਡਾ ਸਰਕਾਰ ਨੇ ਆਪਣੀ ਰੇਨਬੋ ਨਾਮੀ ਵੱਡੇ ਜੰਗੀ ਜਹਾਜ਼ ਨੂੰ ਕਾਮਾਗਾਟਾ ਮਾਰੂ ਦੇ ਨਜ਼ਦੀਕ ਖੜੇ ਕਰਕੇ ਉਸ ਵੱਲੋਂ ਤੋਪਾਂ ਸੇਧ ਦਿੱਤੀਆਂ ਦੂਜੇ ਪਾਸੇ ਜਹਾਜ਼ ਦੇ ਮੁਸਾਫਰਾਂ ਨੇ ਵੀ ਫੈਸਲਾ ਲੈ ਲਿਆ ਕਿ ਜੇ ਕੈਨੇਡੀਅਨ ਸਰਕਾਰ ਆਪਣਾ ਰਵਈਆ ਨਹੀਂ ਬਦਲਦੀ ਤੇ ਜ਼ਿਆਤੀ ਜਾਰੀ ਰੱਖਦੀ ਹੈ ਤਾਂ ਵੈਸ਼ੀਆਨਾ ਜ਼ਬਰਦਸਤ ਮੁਕਾਬਲਾ ਕਰਦੇ ਹੋਏ ਕੁਰਬਾਨ ਹੋ ਜਾਣਗੇ ਆਖਰ ਕੈਨੇਡੀਅਨ ਸਰਕਾਰ ਨੂੰ ਫੈਸਲਾ ਬਦਲਣ ਲਈ ਮਜਬੂਰ ਹੋਣਾ ਪਿਆ ਕੈਨੇਡੀਅਨ ਪ੍ਰਵਾਸੀਆਂ ਦੀ ਸਰਗਰਮ ਸਹਾਇਤਾ ਦੇ ਰੂਬਰੂ ਤੇ ਮੁਸਾਫਰਾਂ ਦੀ ਜ਼ਿੱਦ ਨੂੰ ਸਾਹਮਣੇ ਰੱਖ ਕੇ ਆਖਰਕਾਰ ਸਰਕਾਰ ਮੁਸਾਫਰਾਂ ਨੂੰ ਵਾਪਸੀ ਦੇ ਪੂਰੇ ਸਮੇਂ ਲਈ ਰਾਸ਼ਨ ਪਾਣੀ ਤੇ ਹੋਰ ਲੋੜੀਂਦੀਆਂ ਸਹੂਲਤਾਂ ਦੇਣੀਆਂ ਮੰਨਣ ਲਈ ਮਜਬੂਰ ਹੋ ਗਈ। ਹੁਣ ਅਧਿਕਾਰੀਆਂ ਨੇ ਕੰਡੇ ਤੇ ਵਸਦੇ ਸਿੱਖ ਆਗੂਆਂ ਨੂੰ ਵੀ ਜਹਾਜ਼ ਤੇ ਭੇਜਿਆ ਤੇ ਮੁਸਾਫਰਾਂ ਦੀਆਂ ਮੰਗਾਂ ਮੰਨ ਲੈਣ ਦਾ ਭਰੋਸਾ ਦਿੱਤਾ। ਕੈਨੇਡਾ ਦੀ ਐਕਸ਼ਨ ਕਮੇਟੀ ਨੇ ਵੀ ਫੈਸਲਾ ਲੈ ਲਿਆ ਕਿ ਜਹਾਜ਼ ਬਿਨਾਂ ਕਿਸੇ ਨੁਕਸਾਨ ਤੋਂ ਵਾਪਸ ਰਵਾਨਾ ਹੋ ਜਾਏ ਤਾਂ ਚੰਗਾ ਹੈ। ਉਹਨਾਂ ਨੇ 60000 ਡਾਲਰ ਇਕੱਠੇ ਕਰਕੇ ਜਾਪਾਨੀ ਜਹਾਜ਼ ਦੇ ਮਾਲਕ ਨੂੰ ਕਿਰਾਏ ਵਜੋਂ ਵੀ ਦਿੱਤੇ। ਜਹਾਜ਼ ਵਾਪਸ ਚਲਾ ਗਿਆ। ਮੁਸਾਫਰਾਂ 'ਚ ਭੜਕੀ ਗੁੱਸੇ ਦੀ ਲਹਿਰ ਨੂੰ ਦਿਸ਼ਾ ਦੇਣ ਲਈ ਗਦਰ ਪਾਰਟੀ ਨੇ ਬਾਬਾ ਸੋਨ ਸਿੰਘ ਪਕਣਾ ਨੂੰ ਮੁਸਾਫਰਾਂ ਨਾਲ ਸੰਪਰਕ ਕਰਨ ਤੇ ਲਹਿਰ ਨਾਲ ਜੋੜਨ ਲਈ ਭੇਜਿਆ। ਉਹ ਹਥਿਆਰਾਂ ਤੇ ਗਦਰੀ ਸਾਹਿਤ ਲੈ ਕੇ ਯੋਕੋਹਾਮਾ ਤੋਂ ਜਹਾਜ਼ ਦੇ ਮੁਸਾਫਰਾਂ ਨੂੰ ਜਾ ਮਿਲੇ। ਹਥਿਆਰ ਤੇ ਹੋਰ ਸਾਰਾ ਸਮਾਨ ਉਹਨਾਂ ਨੂੰ ਸੌਂਪ ਦਿਆ ਉਹਨਾਂ ਨੇ ਮੁਸਾਫਰਾਂ ਨੂੰ ਬਹਿਸਾਂ ਤੇ ਵਿਚਾਰ ਚਰਚਾ ਰਾਹੀਂ ਗਦਰ ਪਾਰਟੀ ਦਾ ਮਕਸਦ ਸਮਝਾਇਆ ਕਿਸੇ ਮੁਸਾਫਰ ਨੂੰ ਵੀ ਜਹਾਜ਼ ਤੋਂ ਉਤਰਨ ਨਾ ਦਿੱਤਾ ਗਿਆ ਸਰਕਾਰੀ ਕਰਮਚਾਰੀਆਂ ਦੀ ਨੀਅਤ ਵੇਖ ਕੇ ਹਿੰਦੁਸਤਾਨ ਦੇ ਨੇੜੇ ਪੁੱਜਣ ਤੇ ਗੁਰਦਿਤ ਸਿੰਘ ਨੇ ਬਾਬਾ ਸੋਨ ਸਿੰਘ ਪਕਣਾ ਵੱਲੋਂ ਦਿੱਤੇ ਹਥਿਆਰ ਤੇ ਗਦਰੀ ਸਾਹਿਤ ਸਮੁੰਦਰ ਚ ਸੁੱਟਵਾ ਦਿੱਤੇ ਸਿਰਫ ਦੋ ਰਿਵਾਲਵਰ ਪਾਣੀ ਦੀ ਟੈਂਕੀ ਚ ਭੁਲੇਖੇ ਨਾਲ ਰਹਿ ਗਏ 26 ਸਤੰਬਰ 1914 ਨੂੰ ਜਹਾਜ਼ ਡਾਇਮੰਡ ਬੰਦਰਗਾਹ ਤੇ ਪੁਜਾ ਚਾਰ ਪੰਜਾਬੀ ਪੁਲਿਸ ਅਫਸਰ ਇੱਕ ਅੰਗਰੇਜ਼ ਇੱਕ ਮੈਜਿਸਟ੍ਰੇਟ ਜਹਾਜ਼ ਦੇ ਆ ਚੜੇ 27-28 ਸਤੰਬਰ ਦੋ ਦਿਨ ਜਹਾਜ਼ ਦੀ ਤਲਾਸ਼ੀ ਹੁੰਦੀ ਰਹੀ ਕੁਝ ਵੀ ਇਤਰਾਜ਼ਯੋਗ ਨਾ ਮਿਲਿਆ 29 ਸਤੰਬਰ ਨੂੰ ਜਹਾਜ਼ ਬਜਬਜ ਘਾਟ ਤੇ ਆ ਲੱਗਾ ਉਹਨਾਂ ਨੂੰ ਸਿੱਧਾ ਪੰਜਾਬ ਲੈ ਕੇ ਜਾਣ ਵਾਲੀ ਸਾਹਮਣੇ ਲੱਗੀ ਸਪੈਸ਼ਲ ਗੱਡੀ 'ਚ 17 ਮੁਸਲਿਮ ਮੁਸਾਫਰ ਤਾਂ ਸਵਾਰ ਹੋ ਗਏ ਪਰ ਦੂਜੇ ਮੁਸਾਫਰਾਂ ਨੇ ਸਿੱਧਾ ਪੰਜਾਬ ਜਾਣ ਦੀ ਥਾਂ ਕਲਕੱਤੇ ਜਾਣ ਦੀ ਮੰਗ ਰੱਖੀ ਪੁਲਿਸ ਨੇ ਗੋਲੀ ਚਲਾਤੀ ਜਿਸ ਨਾਲ 19 ਮੁਸਾਫਰ 18 ਗੋਲੀ ਲੱਗਣ ਨਾਲ ਤੇ ਇੱਕ ਸਮੁੰਦਰ ਚ ਡੁੱਬਣ ਕਰਕੇ ਮਾਰੇ ਗਏ ਇੱਕ ਪਬਲਿਕ ਦਾ ਆਦਮੀ ਮਾਰਿਆ ਗਿਆ 96 ਮੁਸਾਫਰ ਫੜ ਲਏ ਗਏ ਤੇ ਉਹਨਾਂ ਨੂੰ ਜੇਲ੍ਹ ਚ ਡੱਕ ਦਿੱਤਾ ਅਮਰ ਸਿੰਘ ਤੇ ਨੌਦ ਸਿੰਘ ਨੂੰ ਮੀਆਂ ਵਾਲੀ ਜੇਲ੍ਹ ਚ ਕੁੱਟ ਕੁੱਟ ਕੇ ਮਾਰ ਦਿੱਤਾ ਦੋ ਸਿੰਧੀਆਂ ਨੂੰ ਲੰਮੀ ਜੀ ਸਜ਼ਾ ਦਿੱਤੀ ਗਈ ਗੁਰਦਿੱਤ ਸਿੰਘ ਤੇ ਕੁਝ ਹੋਰ ਬਚ ਕੇ ਨਿਕਲ ਗਏ ਪਿੱਛੋਂ ਜਨਤਕ ਦਬਾਅ ਪੈਣ ਤੇ 45 ਕਮਿਸ਼ਨ ਬੈਠਾ ਤੇ 33 ਜਣੇ ਜੇਲ੍ਹ ਚ ਰੱਖ ਕੇ ਬਾਕੀਆਂ ਨੂੰ ਰਿਹਾ ਕਰ ਦਿੱਤਾ ਕਾਮੰਗ ਆਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨਾਲ ਕੀਤੇ ਵੈਸ਼ੀਆਨਾ ਸਲੂਕ ਕਾਰਨ ਅੰਗਰੇਜ਼ ਸਰਕਾਰ ਦਾ ਹੀਜ ਪਿਆਜ ਖੁੱਲ ਗਿਆ ਕੈਨੇਡਾ ਚ ਰੋਸ ਦੀ ਲਹਿਰ ਹੋਰ ਵੀ ਤਿੱਖੀ ਹੋ ਗਈ ਭਾਰਤ ਤੇ ਵਿਸ਼ੇਸ਼ ਤੌਰ ਤੇ ਪੰਜਾਬ ਚ ਤਾਂ ਬਜਬਜ ਘਟਦੇ ਹੋਏ ਵੈਸ਼ੀਆਨਾ ਗੋਲੀ ਕਾਣ ਨੂੰ ਲੈ ਕੇ ਲੋਕਾਂ ਚ ਹਾਹਾਕਾਰ ਮਚ ਗਈ ਅੰਗਰੇਜ਼ ਸਰਕਾਰ ਦੇ ਜ਼ੁਲਮ ਦੀਆਂ ਗੱਲਾਂ ਘਰ ਘਰ ਹੋਣ ਲੱਗੀਆਂ ਮਸਾਫਰਾਂ ਨੂੰ ਵੀ ਚਾਨਣ ਹੋ ਚੁੱਕਾ ਸੀ ਕਿ ਅੰਗਰੇਜ਼ੀ ਹਕੂਮਤ ਖਿਲਾਫ ਉਹਨਾਂ ਦੇ ਮਨ 'ਚ ਲਾਟਾਂ ਬਲਣ ਲੱਗੀਆਂ ਇਹ ਸੱਗ ਨੂੰ ਹਵਾ ਤਾਂ ਪਹਿਲਾਂ ਹੀ ਜਹਾਜ਼ 'ਚ ਜਾਣ ਸਮੇਂ ਤੇ ਵਾਪਸੀ ਸਮੇਂ ਮਸਾਫਰਾਂ ਨੂੰ ਮਿਲਣ ਵਾਲੇ ਗਦਰੀਆਂ ਨੇ ਦੇ ਦਿੱਤੀ ਸੀ ਨਤੀਜੇ ਵਜੋਂ ਜਹਾਜ਼ ਦੇ ਮਸਾਫਰਾਂ ਵਿੱਚੋਂ ਕਈ ਜਣੇ ਪੂਰੀ ਤਨ ਦੇ ਹੀ ਤੇ ਸਰਗਰਮੀ ਨਾਲ ਗਦਰ ਲਹਿਰ 'ਚ ਜੁਟ ਗਏ ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਵਿੱਚ ਪਿੱਛੋਂ ਬਾਬਾ ਗੁਰਮੁਖ ਸਿੰਘ ਲਲਤੋਂ ਜੇ ਲੋਕ ਗਦਰ ਪਾਰਟੀ ਦੇ ਸਰਗਰਮ ਕਾਰਕੁਨ ਤੇ ਆਗੂ ਬਣੇ ਜਿੱਥੇ ਕਾਮਾਗਾਟਾ ਮਾਰੂ ਦੀ ਘਟਨਾ ਨਾਲ ਭਾਰਤ ਵਿੱਚ ਤੇ ਵਿਸ਼ੇਸ਼ ਤੌਰ ਤੇ ਪੰਜਾਬ 'ਚ ਰੋਸ ਦੀ ਲਹਿਰ ਉੱਠ ਖੜੀ ਹੋਈ ਉੱਥੇ ਇਸ ਘਟਨਾ ਨੇ ਕੈਨੇਡਾ ਰਹਿੰਦੇ ਹਿੰਦਵਾਸੀਆਂ ਨੂੰ ਹੋਰ ਵੀ ਮਜ਼ਬੂਤੀ ਨਾਲ ਇੱਕੇ ਦੀ ਲੜੀ 'ਚ ਪਰੋ ਦਿੱਤਾ ਕਾਮਾਗਾਟਾ ਮਾਰੂ ਦੇ ਕੈਨੇਡਾ ਆਉਣ ਤੋਂ ਪਹਿਲਾਂ ਵੀ ਭਾਈ ਭਗਵਾਨ ਸਿੰਘ ਨੇ ਹਿੰਦਵਾਸੀਆਂ ਨੂੰ ਤਲਵਾਰ ਫੜਨ ਲਈ ਵੰਗਾਰਿਆ ਸੀ ਪਰ ਕਾਮੰਗਾਟਾ ਮਾਰੂ ਕਾਂਡ ਉਪਰੰਤ ਤਾਂ ਗਦਰ ਤੇ ਇਨਕਲਾਬ ਦੀਆਂ ਗੱਲਾਂ ਹੋਣ ਲੱਗ ਪਈਆਂ ਇਕੱਠਾਂ ਚ ਵੀ ਐਲਾਨ ਕੀਤਾ ਗਿਆ ਕਿ ਜੇ ਜਹਾਜ਼ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ ਤੇ ਕੈਨੇਡਾ ਰਹਿੰਦੇ ਹਿੰਦਿਆਨ ਨੂੰ ਵੀ ਦੇਸ਼ ਜਾ ਕੇ ਅੰਗਰੇਜ਼ਾਂ ਨੂੰ ਕੱਢਣ ਲਈ ਲੜਾਈ ਲੜਨੀ ਚਾਹੀਦੀ ਹੈ ਗੁਰਦੁਆਰੇ ਚ ਰੋਜ਼ ਤਕਰੀਰਾਂ ਹੁੰਦੀਆਂ ਹਰ ਹਫਤੇ ਗਦਰ ਅਖਬਾਰ ਮੰਗਵਾਇਆ ਜਾਂਦਾ ਤੇ ਗਦਰ ਦੀ ਗੂੰਜਦੀਆਂ ਕਵਿਤਾਵਾਂ ਸੁਣਾਈਆਂ ਜਾਂਦੀਆਂ ਜਿੱਥੇ ਅੰਗਰੇਜ਼ ਵਿਰੋਧੀ ਭਾਵਨਾਵਾਂ ਜ਼ੋਰ ਫੜ ਰਹੀਆਂ ਸਨ ਉਥੇ ਅੰਗਰੇਜ਼ ਹਿੱਤੈਸ਼ੀ ਤਾਕਤਾਂ ਵੀ ਸਰਗਰਮ ਸਨ ਉਹ ਵੈਨਕੂਵਰ ਦੇ ਗੁਰਦੁਆਰੇ ਦੇ ਪ੍ਰਬੰਧਕਾਂ ਤੇ ਵਾਰ ਕਰਨ ਦਾ ਮੌਕਾ ਤਲਾਸ਼ ਕਰ ਰਹੀਆਂ ਸਨ ਅਸੀਂ ਜਾਣਦੇ ਹਾਂ ਕਿ ਹਪਕਿੰਸਨ ਅੰਗਰੇਜ਼ ਸਰਕਾਰ ਦਾ ਏਜੰਟ ਸੀ ਤੇ ਉਹਨੇ ਬੇਲਾ ਸਿੰਘ ਜਾਨ ਵਰਗੇ ਕੁਝ ਮੁਖਬਰ ਇਮੀਗ੍ਰੇਸ਼ਨ ਅਧਿਕਾਰੀਆਂ ਕੋਲੋਂ ਰਾਜਤਾਂ ਦੇ ਦਬਾਕੇ ਆਪਣੇ ਨਾਲ ਮਿਲਾਏ ਹੋਏ ਸਨ 25 ਸਤੰਬਰ 1914 ਨੂੰ ਬੇਲਾ ਸਿੰਘ ਨੇ ਮੌਕਾ ਤਕਾ ਕੇ ਭਾਈ ਭਾਗ ਸਿੰਘ ਦੀ ਪਿੱਠ 'ਚ ਗੋਲੀਆਂ ਮਾਰ ਕੇ ਉਹਨੂੰ ਸ਼ਹੀਦ ਕਰ ਦਿੱਤਾ। ਇੱਕ ਹੋਰ ਸਿੱਖ ਭਾਈ ਬਤਨ ਸਿੰਘ ਵੀ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਗੁਰਦੁਆਰੇ 'ਚ ਵਾਪਰੀ ਇਹ ਦੁਖਦਾਈ ਘਟਨਾ ਜਗ ਜाहिर ਸੀ। ਇਸ ਕੇਸ 'ਤੇ ਬੇਲਾ ਸਿੰਘ ਦੇ ਹੱਕ 'ਚ ਗਵਾਹੀ ਭੁਗਤਣ ਆਏ ਹੌਪਕੈਂਸਨ ਨੂੰ ਮੀਵਾ ਸਿੰਘ ਲੋਪੋ ਕੋਨੀ ਗੋਲੀਆਂ ਮਾਰ ਕੇ ਥਾਂ ਢੇਰੀ ਕਰ ਦਿੱਤਾ। ਉਹਨੇ ਆਪਣੇ ਦੋਸ਼ ਨੂੰ ਸਵੀਕਾਰਦਿਆਂ ਬੜਾ ਖੜਕਮਾ ਬਿਆਨ ਦਿੱਤਾ। ਭਾਈ ਮੀਵਾ ਸਿੰਘ ਨੂੰ 11 ਜਨਵਰੀ 1915 ਨੂੰ ਫਾਂਸੀ ਲਾ ਕੇ ਸ਼ਹੀਦ ਕੀਤਾ ਗਿਆ। ਕਾਮੰਗਾਟਾ ਮਾਰੂ ਕਾਂਡ ਤੋਂ ਪਿੱਛੋਂ ਵਾਪਰੀਆਂ ਇਹਨਾਂ ਘਟਨਾਵਾਂ ਨੇ ਅਮਰੀਕਾ ਕੈਨੇਡਾ ਤੇ ਦੂਰ ਪੂਰਬ ਚ ਵਸਦੇ ਹਿੰਦਿਆਨ ਚੰਗਰੀਜ਼ ਹਕੂਮਤ ਵਿਰੁੱਧ ਹੋਰ ਵੀ ਜੋਸ਼ ਤੇ ਉਭਾਰ ਪੈਦਾ ਕਰ ਦਿੱਤਾ ਤੇ ਉਹ ਇਸ ਜ਼ਾਲਮ ਰਾਜ ਦੀ ਜੜ ਪੁੱਟਣ ਲਈ ਤਿਆਰ ਹੋ ਗਏ। ਪਰ ਦੂਜੇ ਪਾਸੇ ਪੰਜਾਬ ਦੀਆਂ ਭਾਰੂ ਸਿੱਖ ਤਾਕਤਾਂ ਨੇ ਅਕਾਲ ਤਖਤ ਤੋਂ ਮਤਾ ਪਾਸ ਕਰਕੇ ਬਜਬਜ ਘਾਟ ਵਾਲਿਆਂ ਤੇ ਗਦਰੀਆਂ ਦੇ ਨਾਸਤਕ ਤੇ ਅਸਿੱਖ ਹੋਣ ਦਾ ਫਤਵਾ ਜਾਰੀ ਕਰ ਦਿੱਤਾ। ਕਾਮਾਗਾਟਾ ਮਾਰੂ ਜਹਾਜ਼ ਦੇ ਮੁਸਾਫਰਾਂ ਨੂੰ ਘਾਟ ਤੇ ਉਤਾਰਨ ਲਈ ਕੀਤਾ ਸੰਘਰਸ਼ ਭਾਈ ਮੇਵਾ ਸਿੰਘ ਦੀਆਂ ਅੱਖਾਂ ਸਾਹਮਣੇ ਹੋਇਆ ਸੀ। ਸਗੋਂ ਸੱਚੀ ਗੱਲ ਤਾਂ ਇਹ ਹੈ ਕਿ ਉਹ ਇਸ ਕਾਂਡ ਦਾ ਕੇਵਲ ਦਰਸ਼ਕ ਹੀ ਨਹੀਂ ਭੋਗੀ ਵੀ ਸੀ। ਇਸ ਸੰਘਰਸ਼ ਦਾ ਉਹ ਆਪ ਵੀ ਹਿੱਸਾ ਸੀ। ਆਪਣੇ ਜਿੰਮੇ ਲੱਗੀ ਹਰ ਸੇਵਾ ਬੜੀ ਤਤਪਰਤਾ ਨਾਲ ਨਿਭਾਉਂਦਾ ਰਿਹਾ ਸੀ। ਕੈਨੇਡਾ, ਭਾਰਤ ਤੇ ਬਰਤਾਨੀਆ ਦੀਆਂ ਸਰਕਾਰਾਂ ਦੇ ਤੱਕ ਕੇ ਤੇ ਤੋਖੇ ਭਰੇ ਵਿਹਾਰ ਪ੍ਰਤੀ ਉਹਦੇ ਮਨ ਅੰਦਰ ਪਹਿਲਾਂ ਤੋਂ ਹੀ ਤੁਖ ਦਾ ਆ ਰਿਹਾ ਰੋਸ ਹੁਣ ਪਕਣ ਲੱਗਾ ਸੀ। ਉਹਨੂੰ ਇਹ ਵੀ ਲੱਗਦਾ ਸੀ ਕਿ ਸਰਕਾਰਾਂ ਜੇ ਆਪਣੇ ਮਨਸੂਬੇ ਵਿੱਚ ਕਾਮਯਾਬ ਹੋ ਸਕੀਆਂ ਤਾਂ ਇਹਦਾ ਕਾਰਨ ਜਿੱਥੇ ਸਾਡੇ ਆਪਣੇ ਭਾਈਚਾਰੇ 'ਚ ਬੇਲਾ ਸਿੰਘ ਵਰਗੇ ਮੁਖਬਰਾਂ ਵੱਲੋਂ ਸਰਕਾਰੀ ਧਿਰ ਨੂੰ ਦਿੱਤਾ ਸਾਥ ਇੱਕ ਵੱਡਾ ਕਾਰਨ ਸੀ। ਉਥੇ ਹੱਪ ਕੈਂਸਨ ਤੇ ਮੈਲਕਮ ਰੀਡ ਦੀਆਂ ਕਰਤੂਤਾਂ ਮੁੱਖ ਤੌਰ ਤੇ ਇਸ ਦੁਖਦਾਈ ਹਾਦਸੇ ਦੀਆਂ ਜ਼ਿੰਮੇਵਾਰ ਸਨ। ਉਪਰੋਕਤ ਤਿੰਨਾਂ ਸਰਕਾਰਾਂ ਦਾ ਲੋਕ ਵਿਰੋਧੀ ਕਿਰਦਾਰ ਤਾਂ ਸਭ ਨੂੰ ਦਿੱਸਦਾ ਸੀ ਕਿਉਂ ਇਸ ਕਿਰਦਾਰ ਦੀਆਂ ਵਧੇਕੀਆਂ ਨਿਸ ਦਿਨ ਭੋਗਦੇ ਵੀ ਸਨ ਪਰ ਇਹਨਾਂ ਸਰਕਾਰਾਂ ਦਾ ਚਿਹਰਾ ਤਾਂ ਅਦਿੱਖ ਸੀ ਇਸ ਅਦਿੱਖ ਚਿਹਰੇ ਦੇ ਖਿਲਾਫ ਤਾਂ ਗਦਰ ਪਾਰਟੀ ਨੇ ਆਪਣਾ ਘੋਲ ਅਰੰਭਿਆ ਹੋਇਆ ਸੀ ਤੇ ਮੇਵਾ ਸਿੰਘ ਉਸ ਘੋਲ ਦਾ ਹਿੱਸਾ ਵੀ ਸੀ ਪਰ ਹੁਣ ਉਹਨੂੰ ਮੈਲਕਮ ਰੀਡ ਤੇ ਹੌਪਕੈਂਸਨ ਦੇ ਚਿਹਰਿਆਂ 'ਚੋਂ ਸਰਕਾਰ ਦਾ ਕਰੂਪ ਚਿਹਰਾ ਦਿਸਣ ਲੱਗਾ ਸੀ ਇਹਨਾਂ ਕਰੂਪ ਚਿਹਰਿਆਂ ਖਿਲਾਫ ਉਹਦੀ ਨਫ਼ਰਤ ਦਿਨ ਬਦਿਨ ਵੱਧੀ ਜਾ ਰਹੀ ਸੀ ਧੰਨਵਾਦ